ਵਾਹਿਗੁਰੂ 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 ਵਾਹਿਗੁਰੂ
ਵਾਹਿ ਗੁਰੂ, 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 ਵਾਹਿ thank you.
ਜੈ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਭੋਲੇ ਸਵਾਮੀ ਸੱਚੇ ਸਿੰਘਾਂ ਇੱਕ ਦਿਨ ਉਹਨਾਂ ਨੂੰ ਨਾਲ ਲਿਆ, ਰਲ ਕੇ ਦੇਖ ਚੜਾਈ ਕੀਤਾ ਅਰਦਾਸਾ ਤੇ ਵਾਗ ਲਿਆ। ਤੁਰ ਗਏ ਉੱਥੋਂ ਮਹੰਤ, ਉਹਨਾਂ ਦੇ ਹੱਥੋਂ ਨਾ ਪ੍ਰਸ਼ਾਦ ਲਿਆ। ਸ੍ਰੀ ਅਕਾਲ ਤਖ਼ਤ ਤੇ ਸੰਗਤਾਂ ਹੁੰਮ ਹੁਮਾ ਕੇ ਜੁੜੀਆਂ, ਗੁਰੂ ਘਰਾਂ ਦੇ ਇੰਤਜ਼ਾਮ ਲਈ ਨਤਕ ਵੀ ਨਾ ਕਰਨਾ। ਬੀਤ ਗਿਆ ਇੱਕ ਦੌਰ, ਅਤੀਤ ਦੀ ਸੱਤ ਜਿਉਂ ਗਈ ਲਪੇਟੀ, 175 ਮੈਂਬਰਾਂ ਦੀ ਇੱਕ ਸੰਗਤੀ ਹੋਂਦ ਚਾਹੀ, ਜਿਸਦਾ ਨਾਮ ਰੱਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੰਗਤਾਂ ਪ੍ਰਵੇਸ਼ ਕਰਦੀਆਂ ਹਨ ਤਾਂ ਦਿਨ ਪਹਿਰੇ ਦੀ ਚੌਂਕੀ ਦਾ ਕੀਰਤਨ ਹੋ ਰਿਹਾ ਹੁੰਦਾ ਹੈ। ਇਸ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੁੰਦਾ ਹੈ। ਕਿਵਾੜ ਖੁੱਲਣ ਤੋਂ 2 ਘੰਟੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕਰੇਗੀ। ਕੋਠਾ ਸਾਹਿਬ ਵਿੱਚ ਪਾਵਨ ਬੀੜ ਦੀ ਤਿਆਰੀ ਹੋ ਰਹੀ ਹੈ। ਸੰਤਾਂ ਦੇ ਹਿਰਦੇ ਮਹਾਰਾਜ ਦੀ ਸਵਾਰੀ ਦੇ ਦੀਦਾਰ ਕਰਨ ਲਈ ਬਹਿਬਲ ਹਨ। ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ ਵਾਲਾ ਮਾਹੌਲ ਹੈ ਤੇ ਫਿਰ ਉਹ ਵਡਭਾਗਾ ਪਾ ਲਾਉਂਦਾ ਹੈ। ਨਗਾਰੇ ਦੀ ਝੋਟ ਵੱਜਦੀ ਹੈ। ਗ੍ਰੰਥੀ ਸਾਹਿਬ ਮੱਥਾ ਟੇਕ ਕੇ ਕੋਠਾ ਸਾਹਿਬ ਵਿੱਚ ਪ੍ਰਵੇਸ਼ ਕਰਦੇ ਹਨ। ਅਰਦਾਸ ਕਰਨ ਤੋਂ ਬਾਅਦ ਪਾਵਨ ਬੀੜ ਉਹਨਾਂ ਦੇ ਸਿਰ ਉੱਤੇ ਟਿਕਾ।